ਜੈਸਮਿਨਸ ਐਂਗਲਸ ਨੂੰ ਮਿਲੀ ਆ ਜਾਨੋ ਮਾਰਨ ਦੀ ਧਮਕੀ ਲਾਰੈਂਸ ਵਿਸ਼ਨੋਈ ਦੇ ਨਾਂ ਤੇ ਇੱਕ ਵਾਰ ਫਿਰ ਫੈਲ ਗਈ ਹੈ ਦਹਿਸ਼ਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਬਣੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਖਾਸ ਜਾਣਕਾਰੀ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪਣੀ ਗਾਇਕੀ ਦਾ ਜਲਫਾ ਦਿਖਾਉਣ ਵਾਲੀ ਜੈਸਮਿਨ ਸੈਂਡਲਸ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਦੱਸੀ ਕਿ ਜੈਸਮਿਨ ਨੂੰ ਗੈਂਗਸਟਰ ਲਾਰੈਂਸ ਵਿਸ਼ਨੋਈ ਦੇ ਨਾਂ ਤੇ ਇੱਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ ਦੀ ਧਮਕੀਆਂ ਮਿਲਣ ਤੋਂ ਬਾਅਦ ਤਹਿਲ ਕਾ ਮਚਿਆ ਹੋਇਆ ਦਰਸਤ ਜਿਵੇਂ ਹੀ ਗਾਇਕਾ ਦਿੱਲੀ 에ਰਪੋਰਟ ਤੇ ਪਹੁੰਚੀ ਆ ਤਾਂ ਉਸਨੂੰ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲੀ ਆ ਦੱਸਿਆ ਕਿ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਜੈਸਮੀਨ ਦਾ ਇੱਕ ਲਾਈਵ ਪ੍ਰੋਗਰਾਮ ਜਿੱਥੇ ਗਾਇਕਾ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਆ ਅਤੇ ਜਦੋਂ ਉਹ ਅਮਰੀਕਾ ਤੋਂ ਦਿੱਲੀ 에ਰਪੋਰਟ ਪਹੁੰਚੀ ਆ ਤਾਂ ਉਸਨੂੰ ਧਮਕੀ ਭਰੇ ਫੋਨ ਆਏ ਜ਼ਿਕਰਯੋਗ ਹੈ ਕਿ ਜੈਸਮੀਨ ਪੰਜਾਬੀ ਮੂਲ ਦੀ ਗਾਇਕਾ ਹੈ ਅਤੇ ਪਰ ਹਮ ਅਮਰੀਕਾ ਦੇ ਵਿੱਚ ਰਹਿੰਦੀ ਹੈ ਇਸ ਦੇ ਲਈ ਦਿੱਲੀ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ সূত্রਾਂ ਮੁਤਾਬਕ ਪੁਲਿਸ ਨੇ ਕਿ ਕੀ ਨੂੰ ਕਰੀਬ 10 ਤੋਂ 12 ਕਾਲ ਆਈਆਂ ਐਸੇ ਦੌਰਾਨ ਕਾਫੀ ਬਦਸਲੂਕੀ ਵੀ ਕੀਤੀ ਗਈ ਹੈ ਧਮਕੀ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਹੋ ਮੈਂਬਰ ਹੈ ਐਸੇ ਨਾਲ ਹੀ ਜੈਸਮੀਨ ਨੂੰ ਧਮਕੀ ਭਰੇ ਕਾਲ ਆਉਣ ਤੋਂ ਬਾਅਦ ਜੈਸਮੀਨ ਨੇ ਸੁਰੱਖਿਆ ਬੁਦਾ ਦਿੱਤੀ ਹੈ ਦਰਅਸਲ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀ ਹਰਕਤ ਦੇ ਵਿੱਚ ਆ ਗਈ ਹੈ ਜੈਸਮੀਨ ਦੀ ਸੁਰੱਖਿਆ ਤੁਰੰਤ ਬੁਦਾ ਦਿੱਤੀ ਗਈ ਹੈ ਅਤੇ ਦਿੱਲੀ ਦੇ ਪੰਜ ਤਾਰਾ ਹੋਟਲ ਦੇ ਵਿੱਚ ਉਹ ਠਹਿਰੀ ਹੋਈ ਹੈ ਜਿੱਥੇ ਉਸ ਦੀ ਸੁਰੱਖਿਆ ਨੂੰ ਹੋਰ ਫੀ ਵਧਾ ਦਿੱਤਾ ਗਿਆ ਹਾਲਾਂਕਿ ਗਾਇਕਾ ਦੇ ਵੱਲੋਂ ਇਸ ਦੇ ਉੱਪਰ ਖੁਦ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਜੈਸਮੀਨ ਪੱਲੋਂ ਆਪਣੇ ਸ਼ੋਅ ਦੇ ਕਈ ਕਲਿੱਪਸ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਸਾਂਝੇ ਕੀਤੇ ਗਏ ਜਿਸ ਦੇ ਵਿੱਚ ਉਹ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਕੋਈ ਵੀ ਨਜ਼ਰ ਆ ਰਹੀ ਹੈ ਪਰ ਦੱਸਦੀ ਕਿ ਉਸ ਨੂੰ ਜਿਸ ਤਰੀਕੇ ਦੇ ਨਾਲ ਧਮਕੀ ਭਰੇ ਫੋਨ ਆਏ ਨੇ ਜਿਸ ਤੋਂ ਬਾਅਦ ਸੁਰੱਖਿਆ ਨੂੰ ਪਹੁੰਚਾ ਦਿੱਤਾ ਗਿਆ ਤੇ ਚਾਰੇ ਪਾਸੇ دہشت ਦਾ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਾਫੀ ਗਾਇਕਾਂ ਨੂੰ ਜਿਹੜਿਆ ਧਮਕੀ ਭਰੇ ਫੋਨ ਆਉਂਦੇ ਨੇ ਧਮਕੀ ਭਰੀਆਂ ਕਾਲਸ ਆਉਂਦੀਆਂ ਨੇ ਸੋ ਉੱਥੇ ਹੀ ਗਾਇਕ ਨੂੰ ਜਿਹੜੀ ਆ ਧਮਕੀ ਭਰਿਆ ਕਾਲ ਆਂਦਾ ਹੈ ਗਾਇਕ ਨੂੰ ਤੇ ਜਿਸ ਤੋਂ ਬਾਅਦ ਲਗਾਤਾਰ ਤਹਿਲਕਾ ਮਚਿਆ ਹੋਇਆ ਤੇ ਹਾਲਾਂਕਿ ਦੱਸਦੀ ਹੈ ਕਿ ਉਹ ਦਿੱਲੀ 에ਰਪੋਰਟ ਤੇ ਪਹੁੰਚੀ ਸੀ ਜਿਸ ਤੋਂ ਬਾਅਦ ਉਸ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਵਿਦੇਸ਼ੀ ਨੰਬਰ ਤੋਂ ਉਸ ਨੂੰ ਫੋਨ ਆ ਰਹੇ ਨੇ ਦੇਖਣਾ ਹੋਵੇਗਾ ਪੁਲਿਸ ਦੇ ਵੱਲੋਂ ਉਸ ਨੂੰ ਸੁਰੱਖਿਅਤਤਾ ਮਹਿਸੂਸ ਕਰਵਾਇਆ ਜਾ ਰਿਹਾ ਉਸ ਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਗਈ ਹੈ ਦੇਖਣਾ ਹੋਵੇਗਾ ਕਿ ਆਖਿਰ ਇਹ ਧਮਕੀਆਂ ਦੇਣ ਵਾਲਾ ਹੈ ਕੌਣ ਅਤੇ ਕਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦਾ ਹੈ ਪੁਲਿਸ ਕਦੋਂ ਇਸ ਤੇ ਐਕਸ਼ਨ ਲੈਂਦੀ ਹੈ ਇਹ ਵੀ ਦੇਖਣ ਵਾਲੀ ਵੱਡੀ ਗੱਲ ਅਹਿਮ ਹੋਵੇਗੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਤੇ ਰਾਹੀਂ ਦੱਸ ਸਕਦੇ